ਸਰ ਸਰ ਹਾਂਜੀ ਸਰ ਸਰ ਛੋਟੀ ਜੀ ਬਾਈ ਕਰਾਣੀ ਜੀ ਅੱਜ ਸਾਡਾ ਸਾਡਾ ਸਰ ਪਹੁੰਚਿਆ ਸਰ ਇਸ ਕਿਹਨਾ ਚੁੰਨੇ ਹੋ ਸਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਤਸ਼ਾਹ ਦਾ ਧੰਨਵਾਦ ਕਰਨਾ ਆ ਉਹਨਾਂ ਦਾ ਆਸ਼ੀਰਵਾਦ ਲੈਣਾ ਆ ਔਰ ਜੇ ਕੋਈ ਮੇਰੇ ਕੋਲ ਜਾਣੇ ਜਾਣੇ ਦੇ ਭੁੱਲ ਚੁੱਕੀ ਹੋਗੀ ਮੈਂ ਉਹਦੀ ਮਾਫੀ ਮੰਗਦਾ ਸਰ ਉਦੋਂ ਦਾ ਅਸਲ ਸੱਚ ਕੀ ਹੈ ਸਰ ਉਦੋਂ ਦਾ ਦੱਸ ਸਕਦੇ ਬਿਆਨ ਕਰੋ ਨਹੀਂ ਸਰ ਉਸ ਠੀਕ ਹੈ ਸਰ ਇੱਕ ਮਿੰਟ ਪੁੱਛੇ ਕਰੀ ਪੁੱਛੇ ਕਰੀ ਬੇਟਾ ਨਾਲ ਬਸ ਠੀਕ ਹੈ ਸਰ ਥੋੜ੍ਹੇ ਜਿਹੇ ਜ਼ੋਰ ਕਰ ਲਈ ਬਸ ਥੋੜ੍ਹੇ ਜਿਹੇ ਠੀਕ ਹੈ ਸਰ ਪਹਿਲੇ ਸਰ ਸਰ ਹਾਂਜੀ ਸਰ ਸਰ ਛੋਟੀ ਜੀ ਬਾਈ ਕਰਾਣੀ ਜੀ ਅੱਜ ਸਾਡਾ ਸਾਡਾ ਪਹੁੰਚਿਆ ਸਰ ਇਸ ਕਿਹਨਾ ਚੁੰਨੇ ਹੋ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ੍ਹ ਡਿਸੀਜ਼ਨ ਆਇਆ ਸੋ ਗੁਰੂ ਰਾਮਦਾਸ ਪਾਤਸ਼ਾਹ ਦਾ ਧੰਨਵਾਦ ਕਰਨਾ ਆ ਉਹਨਾਂ ਦਾ ਆਸ਼ੀਰਵਾਦ ਲੈਣਾ ਆ ਔਰ ਜੇ ਕੋਈ ਮੇਰੇ ਕੋਲ ਜਾਣੇ ਨਾ ਜਾਣੇ ਦੇ ਭੁੱਲ ਚੁੱਕੀ ਹੋਗੀ ਮੈਂ ਉਹਦੀ ਮਾਫੀ ਮੰਗਦਾ ਸਰ ਉਦੋਂ ਦਾ ਅਸਲ ਸੱਚ ਕੀ ਹੈ ਸਰ ਉਦੋਂ ਦਾ ਦੱਸ ਸਕਦੇ ਬਿਆਨ ਕਰੋ ਨਹੀਂ ਸਰ ਉਸ ਠੀਕ ਹੈ ਸਰ ਸਰ ਹਾਂਜੀ ਸਰ ਸਰ ਛੋਟੀ ਜੀ ਬਾਈ ਕਰਾਣੀ ਜੀ ਅੱਜ ਸਾਡਾ ਸਾਡਾ ਸਰ ਪਹੁੰਚਿਆ ਸਰ ਇਸ ਕਿਹਨਾ ਚੁੰਨੇ ਹੋ ਸਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ੍ਹ ਡਿਸੀਜ਼ਨ ਆਇਆ ਸੋ ਗੁਰੂ ਰਾਮਦਾਸ ਪਾਤਸ਼ਾਹ ਦਾ ਧੰਨਵਾਦ ਕਰਨਾ ਆ ਉਹਨਾਂ ਦਾ ਆਸ਼ੀਰਵਾਦ ਲੈਣਾ ਆ ਔਰ ਜੇ ਕੋਈ ਮੇਰੇ ਕੋਲ ਜਾਣੇ ਨਾ ਜਾਣੇ ਦੇ ਭੁੱਲ ਚੁੱਕੀ ਹੋਗੀ ਮੈਂ ਉਹਦੀ ਮਾਫੀ ਮੰਗਦਾ ਸਰ ਉਦੋਂ ਦਾ ਅਸਲ ਸੱਚ ਕੀ ਹੈ ਸਰ ਉਦੋਂ ਦਾ ਦੱਸ ਸਕਦੇ ਬਿਆਨ ਕਰੋ ਨਹੀਂ ਠੀਕ ਹੈ ਸਰ ਇੱਕ ਮਿੰਟ ਪੁੱਛੇ ਕਰੀ ਪੁੱਛੇ ਕਰੀ ਬੇਟਾ ਨਾਲ ਬਸ ਠੀਕ ਹੈ ਸਰ ਥੋੜ੍ਹੇ ਜਿਹੇ ਜ਼ੋਰ ਕਰ ਲਈ ਬਸ ਥੋੜ੍ਹੇ ਠੀਕ ਹੈ ਸਰ ਪਹਿਲੇ ਸਰ ਸਰ ਹਾਂਜੀ ਸਰ ਸਰ ਛੋਟੀ ਜੀ ਬਾਈ ਕਰਾਣੀ ਜੀ ਅੱਜ ਸਾਡਾ ਸਾਡਾ ਸਰ ਪਹੁੰਚਿਆ ਸਰ ਇਸ ਕਿਹਨਾ ਚੁੰਨੇ ਹੋ ਸਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ੍ਹ ਡਿਸੀਜ਼ਨ ਆਇਆ ਸੋ ਗੁਰੂ ਰਾਮਦਾਸ ਪਾਤਸ਼ਾਹ ਦਾ ਧੰਨਵਾਦ ਕਰਨਾ ਆ ਉਹਨਾਂ ਦਾ ਆਸ਼ੀਰਵਾਦ ਲੈਣਾ ਆ ਔਰ ਜੇ ਕੋਈ ਮੇਰੇ ਕੋਲ ਜਾਣੇ ਨਾ ਜਾਣੇ ਦੇ ਭੁੱਲ ਚੁੱਕੀ ਹੋਗੀ ਮੈਂ ਉਹਦੀ ਮਾਫੀ ਮੰਗਦਾ ਸਰ ਉਦੋਂ ਦਾ ਅਸਲ ਸੱਚ ਕੀ ਹੈ ਸਰ ਉਦੋਂ ਦਾ ਦੱਸ ਸਕਦੇ ਬਿਆਨ ਕਰੋ ਨਹੀਂ ਸਰ ਉਸ ਠੀਕ ਹੈ